ਭਾਈ ਛੱਡ ਗਈ। ਇਹ ਹੋ ਤੇ ਨਹੀਂ ਗਿਆ ਰਿਪੇਅਰ? ਇਹ ਹੋ ਗਿਆ ਰਿਪੇਅਰ? ਨਹੀਂ ਕਰ ਰਹੇ ਹਾਂ, ਵੀਡੀਓ ਤਿਆਰ ਕਰਨੀ ਸੀ। ਹਾਂਜੀ ਫਿਰ ਮੈਂ ਜੀ। ਹਾਂਜੀ ਚਲੋ ਫਿਰ ਕਦੀ ਆ ਜੀ। ਜੀ ਫਿਰ ਕਦੀ ਆ ਜੀ, ਤੈਨੂੰ ਪੂਰੀ ਵੀਡੀਓ ਬਣਵਾ ਦਾਂ। ਨਹੀਂ ਇਹ ਤਾਂ ਥੋੜ੍ਹੀ ਜਿਹੀ ਬਣਾ ਲੈਂਦੇ ਹਾਂ। ਸੁਬਹ ਨਾ ਪਤਾ ਨਹੀਂ। ਨਹੀਂ ਨਹੀਂ ਇਹ ਹੋ ਨਹੀਂ ਆਇਆ। ਤੂੰ ਚੈਨਲ ਬਣਾਇਆ ਆਪਣਾ? ਜੀ ਮਾਲ ਛਾਪ ਰਿਹਾ ਤੂੰ? ਨਹੀਂ ਇੰਨਾ ਵੀ ਕੋਈ ਨਹੀਂ ਹੈ, ਇਤਨਾ ਵੀ ਨਹੀਂ ਹੈ ਬਸ। ਐਕਸੀਵੇਟਰ ਨਾਲ ਕੰਮ ਹੁੰਦਾ, ਖੁੱਲੀ ਹੁੰਦੀਆਂ ਬੈਟਰੀ। ਹੁਣ ਤੈਨੂੰ ਆਵਾਜ਼ ਨਹੀਂ ਆਉਣੀ। ਚਲੋ ਜੀ ਦੇਸੀ ਫਾਰਮੂਲਾ। ਅੱਛਾ ਆਹੋ ਸ਼ਹਿਰਾਂ ਦੇ ਭਰਾ ਪੁੱਲਰ ਹੁੰਦੇ ਉਹਨਾਂ ਕੋਲ, ਸਾਡੇ ਕੋਲ ਭਰਾ ਕੋਈ ਸ਼ਹਿਰ ਨਹੀਂ। ਅੱਛਾ ਲਓ ਜੀ ਤੁਹਾਡੀ ਅੱਖਾਂ ਦੇ ਸਾਹਮਣੇ ਸੋਡਾ ਤਿਆਰ। ਅੱਛੀ ਕੰਪਨੀ ਦਾ ਬੈਠ ਕੋਈ ਉਹਦਾ ਰੈਡੀ ਹੋ ਗਿਆ। ਓਕੇ ਅੱਧੀ ਮਾਰਕੀਟ ਬੰਦ ਆ ਵੀਰੇ। ਅੱਧੀ ਨੂੰ ਬਹੁਤ ਹੀ ਬੰਦ ਆ, ਇਹ ਹਾਲ ਹਾਲ ਮੱਚੀ ਹੁੰਦੀ ਇੱਥੇ। ਕਦੋਂ ਤੱਕ ਖੁੱਲ ਜਾਣੀਆਂ ਸਾਰੀਆਂ? ਇਹ ਖੁੱਲਣੀਆਂ ਨੇ ਹਜੇ ਦੋ ਦਿਨ ਲੱਗ ਜਾਣੇ, ਹਫ਼ਤੇ ਦਿਨ ਸਾਰੀਆਂ ਖੁੱਲਣੀਆਂ।
ਕਿਹਦੇ ਨਾਲ ਕੰਮ ਕਰ ਰਿਹਾ ਜੀ? ਕਿਹਦੇ ਨਾਲ ਕੰਮ ਕਰ ਰਿਹਾ? 5-6 ਮਹੀਨੇ ਤੋਂ। ਤੁਸੀਂ ਸਤਾ ਦੇ ਇਹ ਵੀ ਪੰਜਾਬ ਕਾਲਜ ਦੀ ਟੋਪੀ ਪਾਈ ਹੈ ਨਾ? ਪੰਜਾਬ ਕਾਲਜ ਬਹੁਤ ਅੱਛਾ ਪਾਕਿਸਤਾਨ ਦਾ ਵਲੀ ਆਏ, ਇਹ ਤਾਂ ਬੰਦ ਕਰੇ ਪਹਿਲਾਂ। ਜੋ ਨਿਆਣੇ ਖਰਾਬ ਹੋ ਰਹੇ ਪੰਜਾਬ ਕਾਲਜ, ਛੱਬੀ ਤੇ ਕਾਫੀ ਲੜਕੇ ਪੜ੍ਹਦੇ ਆ, ਇਹ ਤਾਂ ਨੀ 48 ਦੇ ਇਕੱਲੇ ਪੜ੍ਹਦੇ ਆ, 20 ਹੋ ਗਿਆ, 26 ਹੋ ਗਿਆ, 48 ਹੋ ਗਿਆ, ਤਾਂ ਮਾਸ਼ਾਅੱਲਾ। ਇਹ ਤਾਂ ਜਿਹੜੇ ਪੁੱਛ ਲਓ ਪੰਜਾਬ ਸਾਲ ਕੁ ਬਾਅਦ ਮਾਂ ਪਿਓ ਬਿਮਾਰ ਹੋਇਆ ਹੁੰਦਾ ਜੀ ਬੱਚਾ ਫੇਲ ਹੁੰਦਾ ਨਾ, ਫਿਰ ਮਾਂ ਪਿਓ ਬਿਮਾਰ ਹੀ ਹੋਣਾ, ਕੀ ਹੋਣਾ, ਇੰਨੇ ਖਰਚੇ, ਹੋਸਟਲ 'ਚ ਰਹਿਣਾ, ਜਾਂ ਬੱਚਾ ਹੀ ਸਾਲ ਬਾਅਦ ਗਿਆ ਬੰਦਾ। ਸਿਰਫ ਮਾਰਕੀਟ 'ਚ ਰਹਿੰਦੇ ਪਤਾ ਸਾਰਾ। ਉਹ ਮੁੰਡਾ ਸਰਗੋਧੇ ਹੁੰਦਾ, ਉਹ ਸਾਹਮਣੇ ਪਚਾਹ ਅੱਖਰਾਂ ਦੀ ਆ, ਉਹ ਮੌਲਵੀ ਜਿਹੜਾ ਬਥੇਰੀ ਜੂਠਾ ਹੁੰਦੀਆਂ ਸ਼ਹਿਰ ਉਹ। ਜੀ ਰੈਡੀ ਹੋ ਗਈ? ਜੀ ਰੈਡੀ ਹੋ ਗਈ। ਇੱਕ ਹੋਰ ਛੋਟਾ ਇੱਕ ਫਨ ਪਾਉਣਾ।